चौधरी बडेरा जिमीदार जाके ओदी लड़की पढ़ती है जी, तो एक नूरू तेली की लड़की पढ़ती है लाहौर यूनिवर्सिटी में, पढ़ती है पंजाब यूनिवर्सिटी। अच्छा, दोनों ने आपस के गर्लफ्रेंड बॉयफ्रेंड हो गए जी, हो गई। तो वह मुंडा जिस वे घर आया तो उन्हें अपने अब्बा ने कहा नूरू नू, अब्बा तू जाके चौधरी ने गल कर जाके मेरी इदा का करके आप ब्याह करना। ਉਹ ਅੱਬਾ ਨੇ ਉਹਨੂੰ ਕਿਹਾ ਵੀ ਤੇਰੀ ਸੁਰਤ ਟਿਕਾਣੇ ਹੈਗੀ ਵੀ ਆਪਣਾ ਚੌਧਰੀਆਂ ਦੇ ਕਿੱਦਾਂ ਹੋ ਸਕਦਾ ਗੱਲ। ਅੱਛਾ ਇੱਕ ਮੈਂ ਥੋੜ੍ਹੇ ਦੱਸਦਾ, ਪਾਕਿਸਤਾਨ ਦੇ ਵਿੱਚ ਇੱਦਾਂ ਕਹਿ ਲੈਂਦੇ ਆ ਜਾ ਕੇ ਵੀ ਕਮੀ ਕਮੀਨ ਇਹ ਤੇਲੀ ਆ ਇਹ ਨਾਈ ਆ ਫਲਾਨਾ, ਇੰਡੀਆ 'ਚ ਇੱਦਾਂ ਨਹੀਂ ਹੈ ਕਹਿ ਸਕਦੇ। ਉਹ ਉਹਦੇ ਬਾਪ ਨੇ ਕਿਹਾ ਵੀ ਇਹ ਰਿਸ਼ਤਾ ਨਹੀਂ ਹੋ ਸਕਦਾ ਹੈਗਾ, ਉਹ ਚੌਧਰੀ ਆ, ਅਸੀਂ ਆਪਣੇ ਹੈਗੇ ਹਾਂ ਤੇਲੀ ਹਾਂ, ਸਾਡਾ ਕਿੱਦਾਂ ਹੋ ਸਕਦਾ। ਉਹ ਕਹਿੰਦਾ ਨਹੀਂ, ਅਸੀਂ ਵੀ ਲਵ ਈਚ ਅਦਰ, ਅਸੀਂ ਦੋਨੋਂ ਲਵ ਕਰਦੇ ਹਾਂ ਔਰ ਅਸੀਂ ਪੋਸਟ ਗ੍ਰੈਜੂਏਟ ਸਟੂਡੈਂਟ ਹੈਗੇ ਹਾਂ ਜਾ ਕੇ, ਤੁਸੀਂ ਉਹਨਾਂ ਨਾਲ ਗੱਲ ਕਰੋ, ਕੁੜੀ ਤਿਆਰ ਹੈ, ਕੁੜੀ ਨੇ ਵਿਆਹ ਕਰਾ ਲੈਣਾ ਤੋਂ ਗੱਲ ਕਰ ਜਾ ਕੇ। ਖੈਰ ਇਹਨੀ ਵੇ ਉਹ ਮੁੰਡੇ ਨੇ ਡੈਡੀ ਨੂੰ ਮਨਾ ਲਿਆ ਤੇ ਉਹ ਡੈਡੀ ਨੇ ਆਪਣੇ ਨੇ ਤੰਬਾ ਤੁੰਬਾ ਲਾਇਆ, ਪੱਗ ਪੁੱਗ ਬੰਨੀ ਹੱਥ ਵਿੱਚ ਉੱਥੋਂ ਲੈ ਕੇ, ਉਹ ਵੀ ਉੱਥੇ ਉਹਨੇ ਆ ਗਿਆ ਜੀ। ਉਹ ਆ ਕੇ ਕਹਿੰਦਾ ਉਹ ਚੌਧਰੀ ਨੇ ਉਹਨੂੰ ਕਿਹਾ ਆ ਕੇ ਬਈ ਤੂੰ ਨੂਰਿਆ ਕਿੱਦਾਂ ਆਇਆ। ਉਹ ਕਹਿੰਦਾ ਚੌਧਰੀ ਸਾਹਿਬ ਗੱਲ ਕਰਨੀ ਹੈ ਇੱਕ। ਉਹ ਕਹਿੰਦਾ ਹਾਂ ਕਰੋ ਗੱਲ। ਉਹ ਕਹਿੰਦਾ ਜੀ ਆਪਣੇ ਲੜਕੀ ਦਾ ਇੱਦਾਂ ਇੱਦਾਂ ਕਰਕੇ ਇਕੱਠੇ ਬੱਚੇ ਪੜ੍ਹਦੇ ਆ ਜਾ ਕੇ, ਵੀ ਉਹਨਾਂ ਬੱਚਿਆਂ ਦਾ ਆਪਾਂ ਮੇਲ ਕਰ ਦਈਏ ਜਾ ਕੇ। ਉਹ ਚੌਧਰੀ ਦੇਖਦਾ ਜੀ, ਚੌਧਰੀ ਕਹਿੰਦਾ ਨੂਰਿਆ ਤੈਨੂੰ ਪਤਾ ਕੀ ਕਹਿ ਰਿਹਾ? ਉਹ ਕਹਿੰਦਾ ਹਾਂ ਜੀ, ਬੱਚਿਆਂ ਦਾ ਆਪਸ ਵਿੱਚ ਬੱਚਿਆਂ ਦੀ ਮਰਜ਼ੀ ਹੈ, ਕਹਿੰਦਾ ਜੋ ਕਰ ਲੈਂਦਾ। ਚੌਧਰੀ ਕਹਿੰਦਾ ਮੈਂ ਕਹਿੰਦਾ। ਉਹ ਚੌਧਰੀ ਉੱਠਿਆ ਜੀ, ਚੌਧਰੀ ਨੇ ਫੜ ਕੇ ਇੱਧਰ ਮਾਰੀ ਇੱਧਰ ਮਾਰੀ ਜਾ ਕੇ ਉਹ ਨੂਰਾ ਹੇਠਾਂ ਸਿੱਟ ਲਿਆ ਜੀ, ਨੂਰਾ ਹੇਠਾਂ ਸਿੱਟ ਲਿਆ, ਗੋਡਾ ਉਹਦੇ ਦਿੱਤਾ ਜਾ ਕੇ ਜੀ। ਤਾਂ ਚੌਧਰੀ ਤੇਰਾ ਜੁਰਤ ਕਿੱਦਾਂ ਹੋਈ ਜਾ ਕੇ, ਤੂੰ ਇਹ ਕਿੱਦਾਂ ਹੌਸਲਾ ਕਿੱਦਾਂ ਕਰ ਲਿਆ? ਤੇ ਉਹ ਆ ਕੇ ਉਹ ਜਾਣੂ ਉਹਦੇ ਮੁੰਡੇ ਆ ਗਏ ਜੀ, ਚੌਧਰੀ ਦੇ ਮੁੰਡੇ ਆ ਗਏ। ਉਹ ਕਹਿੰਦੇ ਅੱਬਾ ਤੂੰ ਰਹਿਣ ਦੇ, ਦੇਣੇ ਮਾਰਿਆ ਜਿਹਨੂੰ, ਇਹਨੂੰ ਮਾਰੇ ਜੁੱਤ ਕਿੱਦਾਂ ਕਰ ਲਈ ਜਾ ਕੇ ਵੀ ਆਹ ਗੱਲ ਕਰਨ ਦੀ ਜਾ ਕੇ। ਤੇ ਉਹ ਕਹਿੰਦਾ ਦੇਣੇ ਮਾਰਿਆ। ਉਹ ਚੌਧਰੀ ਕਹਿੰਦਾ ਨਹੀਂ ਨਹੀਂ ਇਹ ਮੈਨੂੰ ਕਰ ਲੈਂਦੇ ਠੀਕ, ਤੁਸੀਂ ਜਾ ਕੇ ਵੀ ਇਹਨੂੰ ਮਾਰੀ ਦੇਣਾ। ਅੱਛਾ, ਉਹ ਮੁੰਡਿਆਂ ਨੇ ਉਹਨੂੰ ਕਿਹਾ ਵੀ ਇਹਨੂੰ ਮਾਰਨਾ ਨਹੀਂ ਹੈ ਜਾ ਕੇ, ਇਹ ਹੋਰ ਕਤਲਦਾਰ ਪੈ ਜਾਊਗਾ ਵੀ ਇਹਨੂੰ ਹੁਣ ਕੁੱਟ ਕੱਟ ਕੇ ਉਹਦੇ ਮਾਰਿਆ ਜੇ ਤਾਂ ਲਹੂ ਲੂਹ ਚੱਲਿਆ ਕੁੱਟਿਆ ਜਾ ਕੇ ਜੀ। ਤੇ ਉਹ ਕਹਿੰਦੇ ਇਹਨੂੰ ਛੱਡ ਦੇ ਜਾ ਕੇ, ਇਹਨੂੰ ਮਾਰਨਾ ਨਹੀਂ ਹੈ ਜਾ ਕੇ ਵੀ ਇਹਨੂੰ ਛੱਡ ਦੇ। ਉਹ ਜੀ ਉਹਨੂੰ ਫਿਰ ਉਹਨੂੰ ਛੱਡ ਦਿੰਦੇ ਜੀ। ਉਹ ਉੱਠਦਾ ਜੀ, ਆਪਣਾ ਥੋੜਾ ਰਗੜਾ ਰੋਣਾ ਲੱਗਿਆ, ਆਪਣੇ ਪੱਗ ਚੱਕਦਾ ਜੀ, ਪੱਗ ਚੱਕ ਕੇ ਫਿਰ ਚੌਧਰੀ ਨੂੰ ਕਹਿੰਦਾ ਚੌਧਰੀ ਜੀ ਫਿਰ ਰਿਸ਼ਤੇ ਵੱਲੋਂ ਨਾ ਹੀ ਸਮਝੀਏ। ਹੁਣ ਉਹ ਜਿਹੜਾ ਚੌਧਰੀ ਆ ਜੀ, ਚੌਧਰੀ ਨੂੰ ਇਹ ਸੀਗਾ ਵੀ ਜੇ ਰਿਸ਼ਤਾ ਹੋ ਗਿਆ ਤਾਂ ਲੋਕ ਕੀ ਕਹਿਣਗੇ, ਲੋਕ ਮੈਂ ਲੋਕਾਂ ਦੇ ਵਿੱਚ ਮੂੰਹ ਕਿੱਦਾਂ ਜਾਊਂਗਾ ਵੀ ਚੌਧਰੀ ਦੀ ਲੜਕੀ ਦਾ ਰਿਸ਼ਤਾ ਜਿਹੜਾ ਹੈਗਾ ਨੂਰੂ ਤੇਲੀ ਦੀ ਮੁੰਡੇ ਦੇ ਨਾਲ ਹੋ ਗਿਆ। ਹੁਣ ਉਹ ਪਿੰਡਾਂ ਦੇ ਵਿੱਚ ਜਿਹੜੇ ਜਗੀਰਦਾਰ ਆ, ਇਹ ਇੰਨੀ ਪਾਵਰਫੁੱਲ ਹੈਗੇ ਪਿੰਡਾਂ ਦੇ ਵਿੱਚ, ਮੈਂ ਗੱਲ ਕਰਦਾ ਇਹ ਬੜੇ ਬੜੇ ਜਗੀਰਦਾਰ ਵਡੇਰੇ ਔਰ ਜਿਹੜੇ ਬੜੇ ਹੈਗੇ ਰਿਚ ਜ਼ਿਮੀਦਾਰ ਆ, ਇਹ ਇੰਨਾ ਡਰਦੇ ਆ ਇਹ ਆਪਣੇ ਬੱਚਿਆਂ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਆ ਇਸ ਗੱਲ ਦੇ, ਇਹ ਚਲੇ ਜਾਂਦੇ ਇੰਨੀ ਓਪੀਨੀਅਨ ਮਾਰ। ਸੋ ਇੱਥੇ ਆਪਾਂ ਥੋੜ੍ਹੇ ਜਿਹੇ ਲੱਕੀ ਹੈ ਇਸ ਗੱਲੋਂ ਵੀ ਇੱਥੇ ਪਬਲਿਕ ਓਪੀਨੀਅਨ ਦਾ ਪ੍ਰੈਸ਼ਰ ਇੰਨਾ ਨਹੀਂ ਹੈ, ਇੱਥੇ ਸਾਡੇ ਇੰਨਾ ਪ੍ਰੈਸ਼ਰ ਨਹੀਂ ਹੈ। ਹੁਣ ਨਾ ਜੀ ਜਿਹੜੀ ਆਹ ਚੱਲੀਆਂ ਸੋਸ਼ਲ ਮੀਡੀਆ ਵਗੈਰਾ ਚੱਲਿਆ, ਇਹ ਯਕੀਨ ਕਰਨਾ ਇੱਕ ਲੜਕੀ ਨੇ ਖੁਦਕੁਸ਼ੀ ਕਰ ਰਹੀ ਸੀ, ਬੁਲਿੰਗ ਵਗੈਰਾ ਹੁਣ ਜਿਹੜੀ ਆ ਤੇ ਇਸ ਤਰ੍ਹਾਂ ਦੇ ਪ੍ਰੈਸ਼ਰਸ ਨੇ ਉਹ ਫੇਸਬੁੱਕ ਤੇ ਜਾਂ ਇਸ ਤਰ੍ਹਾਂ ਦੇ ਟਵਿੱਟਰ ਤੇ ਹੋਰ ਜਿਹੜੀਆਂ ਚੱਲ ਪਈਆਂ ਇਹ ਇਹਨਾਂ ਰਾਹੀਂ ਵੀ, ਇਹ ਤਾਂ ਮੇਰੇ ਖਿਆਲ ਗੌਰਮੈਂਟ ਹੀ ਕਾਨੂੰਨ ਦੇ ਦਾਇਰੇ ਚ ਵੀ ਆਉਂਦੇ ਆ, ਇਹ ਆਉਂਦੇ ਆ ਪਿਆ, ਪਰ ਜਿਹੜੇ ਸਟਲ ਇਸ ਤਰ੍ਹਾਂ ਦੀ ਪ੍ਰੈਸ਼ਰ ਆ ਜਾਂ ਸਟਲ ਬੁਲਿੰਗ ਆ ਉਹ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਉੱਥੇ। ਫਿਰ ਬਿਲਕੁਲ ਠੀਕ ਹੈ, ਆਪਣੇ ਮਾਂ ਬਾਪ ਨੂੰ ਬੱਚਿਆਂ ਦਾ ਸਾਥ ਉੱਥੇ ਦੇਣਾ ਚਾਹੀਦਾ, ਉਹਨਾਂ ਨੂੰ ਚੁੱਕਰ ਟਿਕਟ। ਹੁਣ ਮੈਂ ਤੁਹਾਨੂੰ ਦੱਸਦਾ ਫੈਨ ਸਰ, ਮੈਨੂੰ ਇੱਕ ਮੇਨ ਸਟ੍ਰੀਮ ਦਾ ਜਿਹਨੂੰ ਆਪਾਂ ਗੋਰਾ ਕਹਿ ਦਿੰਦੇ ਹਾਂ, ਗੋਰਾ ਮਿਲਿਆ ਜਾ ਕੇ ਤੇ ਉਹ ਆਪਣੇ ਕੋ ਵਿਆਹ ਕਰਾਉਣ ਦੀ ਗੱਲ ਕਰੇ। ਉਹ ਕਹੇ ਵਿਆਹ, ਮੈਂ ਕਿਹਾ ਤਾਂ ਵਿਆਹ ਕਰਾ ਲਿਆ? ਕਹਿੰਦਾ ਨਹੀਂ ਵਿਆਹ ਨਹੀਂ ਮੈਂ ਕਰਾਇਆ ਹੈਗਾ, ਉਹਦੇ ਨਿਆਣੇ ਵੀ ਵਿਆਹ ਨਹੀਂ। ਮੈਂ ਕਿਹਾ ਤਾਂ ਵਿਆਹ ਕਿਉਂ ਨਹੀਂ ਕਰਿਆ? ਕਹਿੰਦਾ ਵੈਰੀ ਐਕਸਪੈਂਸਿਵ, ਐਕਸਪੈਂਸਿਵ ਜੇ ਮੈਂ ਅਫੋਰਡ ਨਹੀਂ ਕਰ ਸਕਦਾ, ਮੈਂ ਤੱਕਦਾ ਹੈਗਾ ਹਰ ਸਾਲ ਪੇ ਕਰਾਂ ਪਰ ਉਹ ਕਰ ਨਹੀਂ ਸਕਦਾ। ਤੇ ਮੈਂ ਕਿਹਾ ਐਕਸਪੈਂਸਿਵ ਕਹਿੰਦਾ, ਕਹਿੰਦਾ ਐਕਸਪੈਂਸਿਵ ਹੈਗਾ, ਪਾਰਟੀ ਕਰਨੀ ਆ, ਉਹ ਕਰਨਾ, ਕੈਮਰੇ ਫੜਨੇ, ਫੋਟੋ ਜੇ ਵਾ, ਕਈ ਖਰਚੇ ਗਿਣਾਏ ਰਿਸੈਪਸ਼ਨ ਨੇ, ਤੇ ਮੈਂ ਅਫੋਰਡ ਨਹੀਂ ਕਰ ਸਕਦਾ। ਤੇ ਮੈਂ ਕੋਮਨ ਲਾ ਦੇ ਅਧੀਨ ਕਹਿੰਦਾ, ਮੈਂ ਕਿਹਾ ਤੂੰ ਦੂਜੇ ਅਫੋਰਡ ਨਹੀਂ ਕਰ ਸਕਦਾ ਤਾਂ ਤੂੰ ਕੋਰਟ ਮੈਰਿਜ ਕਰ ਲਾ, ਰਜਿਸਟਰਾਰ ਮੈਰਿਜ ਕੋ ਚਲ ਜਾ, ਉਹ ਕਰ ਲੈ ਜਾ ਕੇ। ਕਹਿੰਦਾ ਉਹਦਾ ਕੀ ਫਾਇਦਾ ਹੋਊ? ਮੈਂ ਕਿਹਾ ਉਹਨਾਂ ਤੇਰਾ ਫਾਇਦਾ ਹੋਜੂ ਵੀ ਤੂੰ ਵਿਆਹ ਹੋ ਜਾਊ ਤੇਰਾ ਜਾ ਕੇ। ਅੱਛਾ ਉਹ ਵਿਆਹ ਹੋ ਜਾਊ, ਉਹ ਕਹਿੰਦਾ ਹੁਣ ਕੀ ਫਰਕ ਹੈ ਮੇਰਾ, ਹੁਣ ਵੀ ਮੈਂ ਰਹੇ ਰਹੇ ਉਹ ਲਿਖਣ ਨਾਲ ਕੀ ਹੋਜੂ? ਮੈਨੂੰ ਕਹਿੰਦਾ ਉਹਦੇ ਨਾਲ ਕੀ ਫਰਕ, ਵਿਆਹ ਤਾਂ ਆ ਕਹਿੰਦਾ ਜੇ ਹੁਣ ਖਰਚਾ ਖੁਰਚਾ ਹੋਵੇ, ਰਿਸੈਪਸ਼ਨ ਵਗੈਰਾ ਹੋਵੇ, ਉਹ ਉਹਦੇ ਤੇ ਲਿਖ ਲਿਆ ਜਾਂ ਇੱਦਾਂ ਰਹਿ ਲਿਆ, ਇਹਦਾ ਮੈਨੂੰ ਕੀ ਫਰਕ ਹੈਗਾ ਜਾ ਕੇ, ਉਹਦੇ ਨਾਲ ਕੀ ਫਰਕ ਪਿਆ? ਫਿਰ ਸਾਹਿਬ ਫਿਰ ਮੈਂ ਇੱਕ ਗੱਲ ਕਹਿ ਦਵਾਂ, ਦੇਖੋ ਇਸ ਗੱਲ ਦਾ ਵੀ ਆਪਣੇ ਬੰਦੇ ਧਿਆਨ ਰੱਖ ਲੈਣ, ਵਿਆਹ ਮਰਜ਼ੀ ਦਾ ਹੋਵੇ ਜਾਂ ਲਵ ਮੈਰਿਜ ਦਾ ਹੋਵੇ,
ਜਾਂ ਚਾਰ ਲਾਵਾਂ ਵਾਲਾ ਹੋਵੇ ਜਾਂ ਸੱਤ ਲਾਵਾਂ ਵਾਲਾ ਹੋਵੇ ਜਾਂ ਕੋਰਟ ਮੈਰਿਜਸ ਹੋਵੇ ਜਾਂ ਕਾਮਨ ਲਾਅ ਦੇ ਵਿੱਚ ਮੈਰਿਜਸ ਹੋਵੇ, ਇਹ ਸ਼ਾਦੀ ਨੂੰ ਸਫਲ ਕਰਨ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੈ। ਇਹਨਾਂ 'ਚ ਇਹ ਰੋਲ ਹੀ ਹੈ ਵੀ ਚਾਰ ਲਾਵਾਂ ਵਾਲਾ ਜ਼ਿਆਦਾ ਸਫਲ ਹੁੰਦਾ, ਸੱਤ ਲਾਵਾਂ ਵਾਲਾ ਜ਼ਿਆਦਾ ਹੁੰਦਾ ਜਾਂ ਹੋਏ, ਇਹਦਾ ਕੋਈ ਤਾਲਕ ਨਹੀਂ ਇਹਦੇ ਨਾਲ। ਜਾਂ ਕਾਮਨ ਲਾਅ ਵਾਲਾ ਜ਼ਿਆਦਾ ਹੁੰਦਾ, ਵਿਆਹ ਕਰਾਉਂਦੇ ਆ ਜਾਂ ਨਹੀਂ ਕਰਾਉਂਦੇ, ਜਾਂ ਲਿਖਤੀ ਰੂਪ ਦੇ ਵਿੱਚ ਕਰਾਉਂਦੇ ਆ, ਉੱਥੇ ਲਿਖਣ ਦੇ ਨਾਲ ਕੋਈ ਬਹੁਤਾ ਫਰਕ ਹੈ। ਵਿਆਹ ਦੀ ਜਿਹੜੀ ਕਾਮਯਾਬੀ ਹੈਗੀ ਆ, ਉਹ ਹੈਗੀ ਆ ਇੱਕ ਦੂਜੇ ਪ੍ਰਤੀ ਰਿਸਪੈਕਟ, ਇੱਕ ਦੂਜੇ ਪ੍ਰਤੀ ਮੁਹੱਬਤ, ਇੱਕ ਦੂਜੇ ਪ੍ਰਤੀ ਪਿਆਰ, ਕੰਸਿਡਰੇਸ਼ਨ, ਕਿੰਨੀ ਤੁਸੀਂ ਗੱਲ ਮੰਨਦੇ ਆ, ਕਿੰਨੀ ਸਹਿਣਸ਼ੀਲਤਾ ਤੁਹਾਡੇ ਵਿੱਚ ਹੈ, ਕਿੰਨਾ ਤੁਸੀਂ ਜਿਹੜਾ ਹੈਗਾ ਆਪਣੇ ਆਪਣੇ ਸਾਥੀ ਦੇ ਨਾਲ ਤੁਸੀਂ ਵਿਵਹਾਰ ਚੰਗਾ ਜਾਂ ਮਾੜਾ ਕਰ ਰਹੇ, ਇਹਦੇ 'ਤੇ ਡਿਪੈਂਡ ਕਰਦਾ ਆ ਤੁਹਾਡਾ ਆਪਸ ਵਿੱਚ ਸ਼ਾਦੀ ਕਿੱਦਾਂ ਹੁੰਦੀ ਆ, ਕਾਮਨ ਲਾਅ 'ਚ ਹੁੰਦੀ ਆ ਜਾਂ ਕੋਰਟ ਦੇ ਵਿੱਚ ਹੁੰਦੀ ਆ, ਜਾਂ ਲਾਵਾਂ ਨਾਲ ਹੁੰਦੀ ਆ ਜਾਂ ਥੋੜ੍ਹੀਆਂ ਲਾਵਾਂ ਨਾਲ ਹੁੰਦੀਆਂ, ਇਹ ਦੈਟ ਡਜ਼ਨਟ ਮੈਟਰ। ਸੋ ਇਹਦੇ ਉੱਤੇ ਕਾਫ਼ੀ ਪਬਲਿਕ ਓਪੀਨੀਅਨ, ਚਾਹੇ ਕੁਛ ਵੀ ਬਣਦੀ ਆ, ਇਹਦੇ ਉੱਤੇ ਡਰਨ ਦੀ ਲੋੜ ਨਹੀਂ ਹੈ ਜਾ ਕੇ ਵੀ ਇਹ ਆਪਣੇ ਪਬਲਿਕ ਓਪੀਨੀਅਨ ਕੀ ਬਣ ਜੂਗੀ ਜਾਂ ਕੀ ਨਾ ਬਣ ਜੂਗੀ। ਪਰ ਆਪਣੀ ਜਿਹੜੀ ਹੈਗੀ ਆ ਕੌਨਸ਼ੀਅਸਨੈਸ ਜਿਹੜਾ ਹੈਗਾ, ਉਹ ਦੇਖਣਾ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਕਿੱਦਾਂ ਲੱਗਦੀ ਹੈ।